इतना टाइम हो गया हजे मेरा घर वाला घर नहीं आया। लगता है आज कि वाडा निकला हो गड्डी लैके। शायद ड्राइवर जी होया कद कद कि ना कि वाडा निकल ही जाता है। पर ये गड्डी मेरे घर वाली सोहनी वड्डी शाली मार पता नहीं किन्नी सवारियां आदि हसन बच्च। मैं तो कभी आवन ही नहीं सुदिता बच्चे मैं जावना वैसे कि दे। पर वैसे बंदा झूठे तो लै सकता है ना, पर मैं कल कि झूठे दे वे शोदा। चलो आ जाता है हमने कि गरम हो जाती है पैर तलिया ही इथो सड़े। ਉਹ ਹਰ ਪੰਜਾਂ ਮਿੰਟਾਂ ਬਾਅਦ ਅੱਧਾ ਕਦਮਾਂ ਤੇ ਮੈਨੂੰ ਬੋਤਲ ਬਾਜ ਕੇ 2 ਲੀਟਰ ਹੀ ਪਾ ਕੇ ਵਿੱਚ ਉਹਦੇ ਇੰਜਣ ਤੇ ਪਾਵਣਾ ਪੰਦਾ ਸੁਕਾ ਜਾਂਦੀ ਆ ਉਸੇ ਵਕਤ ਆਗ ਤਰ੍ਹਾਂ ਹੋ ਜਾਵੇ। ਫਿਰ ਤੇ ਇੱਕ ਬਾਬੇ ਮੈਨੂੰ ਨਸੀ ਤੂੰ ਚ ਦਿੱਤਾ ਤੇ ਉਸ ਪਰੇਸ਼ਾਨ ਕਰ ਛੱਡ। ਕਿਉਂ ਤੇ ਬਾਬਾ ਕੀ ਆਂਦਾ ਤੇ ਕੋਲ ਕਿਰਾਇਆ ਕੋਈ ਨਹੀਂ ਤੇ ਚੜੇ ਨਹੀਂ ਆ ਵਿੱਚ ਐਵੇਂ ਤੈਨੂੰ ਵਕਤ ਚ ਪਾ ਛੜਿਆ ਸੋ। ਪਤਾ ਨਹੀਂ ਬੰਦੇ ਘਰੋਂ ਚੜਦੇ ਕਿਉਂ ਐ ਸਫਰ ਕਿਉਂ ਕਰਦੇ ਜਦੋਂ ਉਹਨਾਂ ਦੇ ਕੋਲ ਕਿਰਾਇਆ ਨਹੀਂ ਹੁੰਦਾ। ਉਹਨੂੰ ਚੰਗਾ ਭਲਾ ਪਤਾ ਹੈ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਇੰਨੀ ਮੰਗਿਆਈ ਹੈ। ਸਾਈਕਲ ਰੱਖ ਲੈ ਮੈਂ ਤੈਨੂੰ ਵਕਤ ਚ ਪਾ ਲਈਏ ਸੋ ਤਾਂ ਆਈ ਕਿਹੜਾ ਮੈਨੂੰ ਉਹਦਾ ਘਰ ਦਾ ਪਤਾ ਦੱਸ ਮੈਂ ਤੋ ਪੁੱਛਾ ਜਾ ਕੇ। ਓ ਗੱਲ ਤਾਂ ਸੁਣ ਮੇਰੀ। ਸੁਣਦੀ ਤਾਂ ਪਈਆਂ ਵੀ ਤੈਨੂੰ ਬਾਬੇ ਨੱਕ ਤੂੰ ਅਗਾ ਚੱਕੀ ਤਾਂ ਉਹਨੂੰ ਘਰੋਂ ਕੱਢਣ ਕਹਿ ਦਿੱਤਾ ਨਿਕਲਣ ਕਹਿ ਦਿੱਤਾ। ਓਏ ਹੁਣ ਤੂੰ ਤਾਂ ਨਾ ਨੱਕ ਤੂੰ ਅਗਾ ਕਰ ਮੇਰੀ ਤਾਂ ਸੁਣ ਤਾਂ ਲਾਉ ਤੇ ਤੇਰਾ ਢੇ ਡਾਉਲੋ ਹੋਵੇ ਤੇ ਮੇਰੇ ਕੋ ਤਬੀਅਤ ਫਰੈਸ਼ ਹੋਵੇ। मैं हर पंजा मिनटा बाद कदमा दे पानी उंदे पिन दसो। ओ बाबा लगाया है के पोत रे गल ता मैनू दसो ये कितने दी तो बस लई आप दी मखण मेरी आप दी जाती में मेहनत मजदूरी दी लई है। मंगी मैं दे सकते चोरी की थी हुण मिना ते मेरी सुन ला एक आरी पूरी गल सुना। अरे दस बाबे दी उम्र कितनी है तकरीबन। ओ बुड्ढा जिया बग्गे दाड़ी ते बग्गे बिरबट्टे भी आण हुंदे ₹14 लाख 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 ₹14 लाख